तस्वीर आ गई कुड़ियाँ थोड़े नाल लग के थोड़े पैरों च बैठिया ने तुम हाथ फेर गलत या मोटे जिम्मे हाथ फेर रहे हो की कहने उन्होंने बारे देखो वो तस्वीर ने जड़ियाँ सारिया झूठिया ने छवि खराब करने के ढाल लाई जा रही है। कौन है शख्स जो एवं कर रहा है? हरमन बाजवा जो मतलब गड्डिया कोई करता है डुड जी बहुत मुश्किल नाल थलों उठ के इतने तक पहुंचे हैं कि साढ़े एक्शन ना खराब कर। पहला उन्हें मेरे तो 2 लाख रुपया मंगया सानू उनकी निजी जिंदगी की मतलब असी जो मर्जी करे कुछ साढ़े भाने ढट्ठे खूह च गिरे जाके ठीक है ना जी साड़ी जिंदगी क्यों खिलवाड़ कर रहे हैं। जिहड़ियां मेरियां फोटोआं सीगियां सामने आके बह के मैं सारा कुछ मन्निया ना भी मेरिया ने जे मैं झूठा हुंदा मैं कहिंदा भी मेरिया है ने जिवें तुहाडा बाणा चिट्टा उहो जी तुहाडी सोच हैगी है फिर 2 साल तो क्यों तुसीं बर्दाश्त कर रहे हो? सानू ऐसी हट जूगा अकाल तख्त साहब से जाके क्यों नहीं दरखास्त दी भी इन्हों पंथ चो छेकिया जाए पते पुणे च लगे हुए ने जी अकाल तख्त साहब से ही दरखास्तां दित्तियां ने ਜੀ ਕਾਪੀਆਂ ਸਾਡੇ ਕੋਲ ਮੌਜੂਦ ਨੇ ਜੀ ਤੇ ਜਿਹੜੀ ਪਤਿਤ ਪੁਣੇ ਵਾਲੀ ਗੱਲ ਹੈ ਨਾ ਉਹ ਆਪਾਂ ਹੁਣ ਵਾਇਰਲ ਕੀਤੀ ਹੈ ਵੀਡੀਓ ਅੱਗੇ ਅੱਗੇ ਕਰਦੇ ਰਹਾਂਗੇ ਤੁਸੀਂ ਅੱਗੇ ਅੱਗੇ ਦੇਖੋ ਅਜੇ ਬੜੇ ਖੁਲਾਸੇ ਕਰਨ ਵਾਲੇ ਬਾਬਾ ਹਰਜੀਤ ਸਿੰਘ ਦੇ ਬਲਾਤਕਾਰ ਦਾ ਪਰਚਾ ਹੋਇਆ ਤੁਹਾਨੂੰ ਦੱਸਿਆ ਨੀ ਬਾਬਾ ਹਰਜੀਤ ਸਿੰਘ ਨੇ ਨਹੀਂ ਉਹ ਕਹਿੰਦੇ ਜੀ ਕਾਰਵਾਈ ਚੱਲ ਰਹੀ ਹੈ ਪੜਤਾਲ ਹੋ ਰਹੀ ਹੈ ਪੜਤਾਲ ਨਹੀਂ ਹੋ ਰਹੀ ਪਰਚਾ ਹੋ ਚੁੱਕਿਆ ਉਹਦੇ ਤੇ ਸਾਰੀਆਂ ਚੀਜ਼ਾਂ ਮੰਨ ਕੇ ਗਿਆ ਵਾ ਮੇਰੇ ਆਫਿਸ ਦੀ ਸੀਸੀਟੀਵੀ ਫੁਟੇਜ ਵਗੈਰਾ ਸਾਰਾ ਕੁਛ ਹੈਗਾ ਮਾਫੀਆ ਮੰਗਦਾ ਸੀ ਕਿ ਕਿਸੇ ਤਰੀਕੇ ਨਾਲ ਮਤਲਬ ਕਿਸੇ ਤਰੀਕੇ ਨਾਲ ਸਮਝੌਤਾ ਕਰ ਲਓ। ਇਹਨਾਂ ਦੇ ਖਿਲਾਫ ਬਾਬਾ ਗੁਲਾਬ ਸਿੰਘ ਹੁਣਾਂ ਦੇ ਖਿਲਾਫ ਪੁਲਿਸ ਨੂੰ ਕੋਈ ਕਾਰਵਾਈ ਕਰਨ ਲਈ ਨਹੀਂ ਕਿਹਾ ਤੁਸੀਂ ਕੋਈ ਦਰਖਾਸਤ ਇਹਨੂੰ ਪੁੱਛੋ ਕਿ 3 ਦਿਨ ਹੋ ਗਏ ਤੁਹਾਨੂੰ ਇਹ ਜਾ ਕਿਉਂ ਨਹੀਂ ਰਹੇ ਉੱਥੇ ਥਾਣੇ ਕਿਉਂ ਨਹੀਂ ਪੇਸ਼ ਹੋ ਰਹੇ? ਕੱਲ ਜੈਪਾਲ ਭੁੱਲਰ ਤਾਂ ਹੁਣ ਜਿਉਂਦਾ ਹੀ ਨਹੀਂ ਹੈ। ਹਾਂਜੀ ਹਾਂਜੀ ਬਿਲਕੁਲ ਉਹ ਮਰ ਚੁੱਕੇ ਆ ਤੇ ਇਹਨੂੰ ਪੁੱਛੋ ਕਿ ਤੁਹਾਡੇ ਉਸ ਗੈਂਗ ਦੇ ਨਾਲ ਕੀ ਰਿਲੇਸ਼ਨ ਆ ਇਹ ਅਸੀਂ ਸੋਮਵਾਰ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸੇ ਕਰਾਂਗੇ। ਜੇ ਮੇਰੇ ਕਿਸੇ ਵੀ ਸਿੰਘ ਨੂੰ ਕੋਈ ਵੀ ਆਂਚ ਆਈ ਤਾਂ ਉਹਦਾ ਜ਼ਿੰਮੇਵਾਰੀ ਬਾਜਵਾਈ ਹੋਣਾ। ਸੋ ਗੁਰਮਤ ਦਾ ਪ੍ਰਚਾਰ ਕਰਨ ਵਾਲੇ ਪੰਥ ਦੀ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਵਾਲੇ ਬਾਬਿਆਂ 'ਤੇ ਅਕਸਰ ਦੋਸ਼ ਲੱਗਦੇ ਰਹਿੰਦੇ ਨੇ ਕਿ ਬਾਬੇ ਪਤਿਤ ਨੇ ਪਤਿਤ ਪੁਣਾ ਕਰਦੇ ਨੇ ਅਯਾਸ਼ੀਆਂ ਕਰਦੇ ਨੇ ਧਰਮ ਦੀ ਆੜ ਦੇ ਵਿੱਚ ਕੌਮ ਨੂੰ ਢਾਲ ਆ ਰਹੇ ਨੇ। ਅਜਿਹੀ ਦੋਸ਼ ਜੇ ਆਪਾਂ ਮੰਨੀਏ ਤਾਂ ਚਮਕੌਰ ਵਾਲੇ ਬਾਬਾ ਗੁਲਾਬ ਸਿੰਘ ਜੀ ਦੇ ਲੱਗ ਰਹੇ ਨੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ। ਸੋ ਬਾਬਾ ਜੀ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ 8-10 ਸਾਲ ਤੋਂ ਕੀਰਤਨ ਕਰਦੇ ਆ ਰਹੇ ਹੋ 2-3 ਸਾਲ ਤੋਂ ਤੁਹਾਨੂੰ ਸੰਗਤ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਨਾਲ ਹੀ ਤੁਹਾਡੀਆਂ ਤਸਵੀਰਾਂ ਆ ਗਈਆਂ ਕੁੜੀਆਂ ਤੁਹਾਡੇ ਨਾਲ ਲੱਗ ਕੇ ਤੁਹਾਡੇ ਪੈਰਾਂ 'ਚ ਬੈਠੀਆਂ ਨੇ ਤੁਸੀਂ ਹੱਥ ਫੇਰ ਗੱਲਾਂ 'ਤੇ ਜਾਂ ਮੋਢਿਆਂ 'ਤੇ ਜਿਵੇਂ ਹੱਥ ਫੇਰ ਰਹੇ ਹੋ ਕੀ ਕਹਿੰਦੇ ਹੋ ਇਹਨਾਂ ਬਾਰੇ? ਦੇਖੋ ਉਹ ਤਸਵੀਰਾਂ ਨੇ ਜਿਹੜੀਆਂ ਸਾਰੀਆਂ ਝੂਠੀਆਂ ਨੇ ਮਤਲਬ ਕੋਈ ਨਜਾਇਜ਼ ਸੰਬੰਧ ਨਹੀਂ ਕਿਸੇ ਨਾਲ ਉਹ ਮੇਰੀ ਮੰਗੇਤਰ ਦੀਆਂ ਨੇ। ਜਦੋਂ ਮੈਂ ਇੰਗਲੈਂਡ ਨੂੰ ਜਾਣਾ ਸੀਗਾ ਤਾਂ ਇੱਕ ਹੋਟਲ 'ਤੇ ਉਹਨਾਂ ਨੇ ਰੱਖਿਆ ਸੀਗਾ ਪ੍ਰੋਗਰਾਮ ਬਾਬੇ ਨੇ ਮਿਲਣ ਦਾ ਅਤੇ ਉਹ ਸਾਰੇ ਪਰਿਵਾਰ 'ਚ ਬਹਿ ਕੇ ਉੱਦਾਂ ਖਿਚਾਈਆਂ ਹੋਈਆਂ ਨੇ ਮਤਲਬ ਕਿਸੇ ਤਰ੍ਹਾਂ ਦਾ ਕੋਈ ਉਹ ਨਜਾਇਜ਼ ਨਹੀਂ ਕਿਸੇ ਨਾਲ ਵੀ ਹੈਗਾ। ਮਤਲਬ ਤੁਸੀਂ ਕਹਿ ਰਹੇ ਹੋ ਫੋਟੋ 'ਚ ਕੁਛ ਵੀ ਗਲਤ ਨਹੀਂ ਹੈਗਾ, ਫੋਟੋ ਅਸਲ ਹੈ। ਤੁਸੀਂ ਦੇਖੀ ਆ ਫੋਟੋ? ਫਿਰ ਤੁਹਾਨੂੰ ਕਾਹਦਾ ਡਰ ਹੈ, ਤੁਹਾਨੂੰ ਕਾਹਦਾ ਝੋਰਾ? ਡਰ ਇਹ ਵੀ ਜਦੋਂ ਉਹਨੂੰ ਮਤਲਬ ਗਲਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਨਜਾਇਜ਼ ਸੰਬੰਧ ਨੇ ਆ ਦੇਖੋ ਜੀ ਹੋਟਲਾਂ 'ਚ ਜਾਂਦੇ ਆ ਜੇ ਉਹ ਗਲਤ ਆ ਨਾ ਫਿਰ ਛਵੀ ਨੂੰ ਖਰਾਬ ਕਰਨ ਦੇ ਢਾਲ ਲਾਈ ਜਾ ਰਹੀ ਹੈ। ਕੌਣ ਹੈ ਸ਼ਖਸ ਜਿਹੜਾ ਐਵੇਂ ਕਰ ਰਿਹਾ? ਹਰਮਨ ਬਾਜਵਾ ਜਿਹੜਾ ਮਤਲਬ ਗੱਡੀਆਂ ਦੀ ਕੋਈ ਕਰਦਾ ਹੈ ਡੁੱਡ ਜੀ ਜਾਂ ਕੋਈ ਟੋਰ ਪਾਕ ਆਉਂਦਾ ਕੋਈ ਬਿਜ਼ਨਸ ਵੀ ਹੈ ਮੇਰੇ ਖਿਆਲ 'ਚ ਇੱਦਾਂ ਦਾ ਉਹ ਸ਼ਖਸ ਆ। ਮਤਲਬ ਮੈਂ ਤਾਂ ਕਦੇ ਮਿਲਿਆ ਵੀ ਨਹੀਂ ਹੈਗਾ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਅਤੇ ਨਾ ਸਾਡਾ ਕਿਸੇ ਨਾਲ ਵੈਰ ਆ। ਫੋਨ 'ਤੇ ਗੱਲ ਹੋਈ ਕਦੀ ਉਹਦੇ ਨਾਲ? ਹਾਂ ਉਹਨੂੰ ਮਿਲ ਕੇ ਵੀ ਉਹਨੂੰ ਬੇਨਤੀ ਕਰੀ ਸੀ ਵੀ ਭਾਈ ਨਾ ਇਹੋ ਜਿਹਾ ਕੁਛ ਕਰ ਸਾਡੇ ਨਾਲ ਵੀ ਅਸੀਂ ਤਾਂ ਬਹੁਤ ਮੁਸ਼ਕਲ ਨਾਲ ਥੱਲੋਂ ਉੱਠ ਕੇ ਇੱਥੇ ਤੱਕ ਪਹੁੰਚੇ ਹਾਂ ਵੀ ਸਾਡੇ ਐਕਸ਼ਨ ਨੂੰ ਨਾ ਖਰਾਬ ਕਰ। ਪਹਿਲਾਂ ਉਹਨੇ ਮੇਰੇ ਤੋਂ 2 ਲੱਖ ਰੁਪਇਆ ਮੰਗਿਆ ਅਤੇ ਵੀਡੀਓ ਡਿਲੀਟ ਕਰਨ ਦਾ, ਫਿਰ ਉਦੋਂ ਬਾਅਦ 2 ਲੱਖ ਤੋਂ ਮੰਗਣ ਤੋਂ ਬਾਅਦ ਫਿਰ ਉਹਨੇ 10 ਲੱਖ ਦੀ ਮੰਗ ਰੱਖੀ, ਫਿਰ ਉਹਨੇ ਇੱਕ ਧਮਕੀ ਵੀ ਦਵਾਈ ਅਤੇ ਖਾਸਾ ਕੁਛ ਕਰਿਆ ਉਸ ਬੰਦੇ ਨੇ। ਤੁਸੀਂ ਕਦੀ ਦੇ ਚੁੱਕੇ ਹੋ ਥੋੜ੍ਹੇ ਬਹੁਤ ਪੈਸੇ ਦਿੱਤੇ ਅੱਜ ਤੱਕ? ਨਹੀਂ ਮੈਂ ਨਹੀਂ 1 ਰੁਪਇਆ ਵੀ ਦਿੱਤਾ। ਜਦ ਮੈਂ ਗਲਤ ਨਹੀਂ ਮੈਂ ਪੈਸੇ ਕਿਉਂ ਦੇਵਾਂ? ਅੱਛਾ ਤੁਹਾਡੇ 'ਤੇ ਹੀ ਦੋਸ਼ ਲਾਏ ਨੇ? ਕੋਈ ਹੋਰ ਮਹਾਂਪੁਰਖਾਂ 'ਤੇ ਵੀ ਕਦੀ ਉਹਨੇ ਲਾਏ ਨੇ? ਹੋਰ ਵੀ ਬਾਬਾ ਸਰੂਪ ਸਿੰਘ ਜੀ ਦਾ ਘਰ ਪੱਟਿਆ ਉਸ ਬੰਦੇ ਨੇ, ਬਾਬਾ ਹਰਜੀਤ ਸਿੰਘ ਉਹਨਾਂ ਨੂੰ ਗਲਤ ਸਾਬਤ ਕਰਿਆ, ਬਾਬਾ ਪ੍ਰੀਤਮ ਸਿੰਘ ਜੀ ਨੂੰ ਉਹਨਾਂ ਨੇ ਰਾਜਪੁਰੇ ਵਾਲਿਆਂ ਨੂੰ ਸਾਰੇ ਪੰਥ ਵਿੱਚ ਬਹੁਤ ਵੱਡਾ ਨਾਮ ਆ ਉਸ ਉਹਨਾਂ ਨੇ ਮਤਲਬ ਬਹੁਤ ਕੁਛ ਕਰਿਆ, ਉਹਦੇ ਆਪਦੇ ਕਾਰਨਾਮੇ ਬਹੁਤ ਤਗੜੇ ਨੇ ਜਿਹੜੇ ਸਾਡੇ ਕੋਲ ਆਏ ਨੇ। ਸਾਨੂੰ ਉਹਦੀ ਨਿੱਜੀ ਜ਼ਿੰਦਗੀ ਨਾਲ ਕੀ ਮਤਲਬ ਆ? ਅਸੀਂ ਉਹਦਾ ਜੋ ਮਰਜ਼ੀ ਕਰੇ ਖੁਦ ਸਾਡੇ ਭਾਣੇ ਢੱਠੇ ਖੂਹ 'ਚ ਗਿਰੇ ਜਾ ਕੇ, ਠੀਕ ਹੈ ਨਾ ਜੀ? ਸਾਡੀ ਜ਼ਿੰਦਗੀ ਨਾਲ ਕਿਉਂ ਖਿਲਵਾੜ ਕਰ ਰਿਹਾ? ਤੁਹਾਡੇ ਕੋਲ ਵੀ ਕੋਈ ਤਸਵੀਰਾਂ ਨਹੀਂ ਹੋਈ ਇਤਰਾਜ਼ਯੋਗ? ਬਹੁਤ ਕੁਛ ਆ ਜੀ, ਬਹੁਤ ਕੁਛ ਆਇਆ ਸਾਡੇ ਕੋਲ। ਹਾਂਜੀ, ਤੁਸੀਂ ਕਿਉਂ ਨਹੀਂ ਖੁਲਾਸੇ ਕਰ? ਨਹੀਂ ਸਾਨੂੰ ਕੀ ਲੋੜ ਆ, ਗੁਰਸਿੱਖ ਦਾ ਇਹ ਫਰਜ਼ ਬਣਦਾ ਏ ਆਪਾਂ ਰੋਜ਼ ਕਰਦੇ ਹਾਂ ਜਿਹਨਾਂ ਤਿੰਨਾਂ ਪਿਆਰਾਂ ਸਚਾਰਾਂ ਦੀ ਕਮਾਈ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ, ਜਿਹਨਾਂ ਨੇ ਦੇਖ ਕੇ ਅਨਡਿੱਟ ਕੀਤਾ, ਠੀਕ ਆ ਜੀ? ਮੈਂ ਕੋਈ ਰੱਬ ਨਹੀਂ ਹੈਗਾ, ਠੀਕ ਆ? ਗਲਤੀਆਂ ਮੇਰੇ 'ਚ ਵੀ ਬਹੁਤ ਸਾਰੀਆਂ ਹੋ ਸਕਦੀਆਂ ਨੇ, ਪਰ ਮੈਂ ਕਿਸੇ ਦੀ ਧੀ ਭੈਣ ਨੂੰ ਐਂ ਜਿਹੜੀ ਉਹਦੇ ਨਾਲ ਪਈ ਆ ਬੈੱਡ 'ਚ ਉਹ ਵੀ ਕਿਸੇ ਦੀ ਧੀ ਭੈਣੀ ਆ, ਮੈਂ ਉਹਦਾ ਅਕਸ ਖਰਾਬ ਕਰਾਂ? ਮੈਂ ਇਹੋ ਜਿਹਾ ਬੰਦਾ ਨਹੀਂ, ਨਾ ਹੀ ਮੇਰਾ ਮਨ ਮੰਨਦਾ ਇਹ ਚੀਜ਼ ਕਰਨ ਜੀ। ਅੱਛਾ, ਜਿਵੇਂ ਤੁਸੀਂ ਦੱਸਿਆ ਵੀ ਇੱਕ ਤੁਹਾਡੇ ਉਹ ਰੋਪੜ ਵਾਲਾ ਪਰਿਵਾਰ ਹੈ, ਤੁਹਾਡਾ ਰਿਸ਼ਤਾ ਉਹਨਾਂ ਨਾਲ ਜੁੜਿਆ, ਇੱਕ ਤੁਹਾਡੇ ਮੰਗੇਤਰ ਹੈਗੇ ਨੇ ਲੱਗ ਹੈਗੇ ਨੇ ਅਤੇ ਤੁਹਾਡੇ ਸਹੁਰਾ ਪਰਿਵਾਰ ਜਿਹੜਾ ਬਣਨ ਵਾਲਾ ਹੈਗਾ, ਉਹਨਾਂ ਦੇ ਮਨ 'ਚ ਕੋਈ ਗਲਤ ਖਿਆਲ ਤਾਂ ਨਹੀਂ ਆ ਗਏ ਵੀ ਤੁਹਾਡੇ? ਨਾ ਨਾ ਨਾ, 1% ਵੀ ਨਹੀਂ। ਉਹ ਕਹਿੰਦੇ ਬਾਬਾ ਜੀ ਅੱਜ ਵੀ ਨਾਲ ਸੀ, ਪਹਿਲਾਂ ਵੀ ਨਾਲ ਆ, ਗਾਂ ਵੀ ਨਾਲ ਹੀ ਆ ਸੀ। ਅਤੇ ਕੀ ਲੱਗਦਾ ਤੁਹਾਨੂੰ ਇਹ ਕਿਉਂ ਕਰਦਾ ਇਸ ਤਰ੍ਹਾਂ ਜਿਹੜਾ ਬਲੈਕਮੇਲ ਧੰਦਾ ਚਲਾਈ ਇਹਨਾਂ ਨੇ ਸਿਸਟਮ ਇਹ ਹੋਇਆ? ਭਗਵੰਤ ਮਾਨ ਨਾਲ ਤੁਸੀਂ ਫੋਟੋ ਖਿਚਾ ਲਓ, ਭਗਵੰਤ ਮਾਨ ਖੜਾ ਉਹਨਾਂ ਫੋਟੋ ਖਿਚਾਓ, ਜਾ ਕੇ ਲੋਕਾਂ ਨੂੰ ਲਗਾਓ ਮੇਰੀ CM ਨਾਲ ਸਿੱਧੀ ਆ, ਬਲੈਕਮੇਲ ਕਰੋ, ਜੇ ਕੋਈ ਬੰਦਾ ਤੁਹਾਡੇ 'ਤੇ ਆਵਾਜ਼ ਉਠਾਉਂਦਾ
ਤੁਸੀਂ ਧਮਕੀਆਂ ਦਿਓ ਉਸ ਬੰਦੇ ਨੂੰ ਪੁਲਿਸ ਪ੍ਰਸ਼ਾਸਨਿਕ ਕਾਰਵਾਈ ਉਹਨੂੰ ਜਦੋਂ ਬੰਦੇ ਦਾ ਕਿਰਦਾਰ ਗਿਰ ਗਿਆ ਇਲਜ਼ਾਮ ਲੱਗ ਗਏ ਦੁਨੀਆ 'ਚ ਬਦਨਾਮ ਕਰਤਾ ਤਾਂ ਲੋਕਾਂ ਨੇ ਕਹਿਣਾ ਵੀ ਹਾਂ ਵੀ ਇਹ ਤਾਂ ਮੂਰਖ ਬੰਦੇ ਨੇ ਪਰਸੋਂ ਹੁਣ ਉਹਨੇ ਵੀ ਸੋਸ਼ਲ ਮੀਡੀਆ 'ਤੇ ਪਾਤਾ ਮੈਂ ਵੀ ਬਾਬਾ ਜੀ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਾਂਗਾ ਤੁਹਾਨੂੰ ਲੈ ਕੇ ਜਿੱਥੇ ਮਰਜ਼ੀ ਕਰ ਲਵੇ ਬਾਬਾ ਜੀ ਕੋਈ ਰੋਲਾ ਹੀ ਨਹੀਂ ਹੈਗਾ ਜਿਹੜਾ ਸੱਚ ਹੁੰਦਾ ਨਾ ਉਹ ਨੰਗਾ ਹੋ ਕੇ ਨੱਚਦਾ ਹੁੰਦਾ ਠੀਕ ਆ ਨਾ ਮੈਨੂੰ ਡਰ ਨਹੀਂ ਸੀ ਮੈਂ ਜਿਹੜੀਆਂ ਮੇਰੀਆਂ ਫੋਟੋਆਂ ਸੀਗੀਆਂ ਸਾਹਮਣੇ ਆ ਕੇ ਬਹਿ ਕੇ ਮੈਂ ਸਾਰਾ ਕੁਝ ਮੰਨਿਆ ਨਾ ਵੀ ਮੇਰੀਆਂ ਨੇ ਜੇ ਮੈਂ ਝੂਠਾ ਹੁੰਦਾ ਮੈਂ ਕਹਿੰਦਾ ਵੀ ਮੇਰੀਆਂ ਹੈ ਨਹੀਂ ਸਾਡੇ ਕੋਲ ਤਾਂ ਸਾਰੇ ਸਬੂਤ ਪਏ ਨੇ ਮੇਰੀ ਗੱਲ ਸੁਣੋ ਆਹ ਚਿੱਟੀਆਂ ਦਾੜੀਆਂ ਵਾਲੇ ਮਹਾਂਪੁਰਸ਼ ਨੇ ਕਿੰਨੇ ਮਹਾਂਪੁਰਸ਼ ਮੇਰੇ ਨਾਲ ਆਏ ਨੇ 33 ਮਹਾਂਪੁਰਸ਼ ਅੱਜ ਮੇਰੇ ਨਾਲ ਆਏ ਨੇ ਅੱਧੇ ਤਾਂ ਇਸ ਵਿੱਚ ਪੂਰੇ ਆ ਵੀ ਨਹੀਂ ਸਕੇ ਠੀਕ ਆ ਨਾ ਜੇ ਇਹਨਾਂ ਨੂੰ ਸੱਚਾਈ ਪਤਾ ਇਹਨਾਂ ਸਾਹਮਣੇ ਮੈਂ ਆਪਦਾ ਉਹ ਰੱਖਿਆ ਤੇ ਇਸੇ ਕਰਕੇ ਨਾਲ ਤੁਰੇ ਨਹੀਂ ਮੈਂ ਇਹਨਾਂ ਨੂੰ ਲਾਜ ਲਵਾਉਣੀ ਸੀਗੀ ਪੁਲਿਸ ਤੱਕ ਤੁਸੀਂ ਇਨਸਾਫ ਲਈ ਪਹੁੰਚ ਕੀਤੀ ਹੈ ਬਾਬਾ ਜੀ ਅਸੀਂ ਡੀਜੀਪੀ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜਦੋਂ ਤੁਹਾਡੀਆਂ ਵੋਟਾਂ ਆਈਆਂ ਸੀਗੀਆਂ ਸਰਕਾਰਾਂ ਤੋਂ ਲੋਕ ਦੁਖੀ ਸੀਗੇ ਤੇ ਅਸੀਂ ਬਹੁਤ ਪ੍ਰਚਾਰ ਕਰਿਆ ਤੁਹਾਡਾ ਇਹ ਨਹੀਂ ਵੀ ਇਹ ਕਿਤੇ ਉੱਤੋਂ ਆਕਾਸ਼ ਤੋਂ ਉਤਰਿਆ ਬਥੇਰਿਆਂ ਲੋਕਾਂ ਨੂੰ ਸਾਡੀਆਂ ਤਾਂ ਆਡੀਓ ਵੀ ਵਾਇਰਲ ਹੋਈਆਂ ਨੇ ਵੀ ਇਹਨਾਂ ਬੰਦਿਆਂ ਨੂੰ ਵੋਟਾਂ ਪਾਓ ਯਾਰ ਜਾਗਦੀ ਜ਼ਮੀਨ ਨਾਲ ਵੋਟਾਂ ਪਾਓ ਸਾਨੂੰ ਪੰਥ ਦਾ ਇਨਸਾਫ ਨਹੀਂ ਮਿਲਿਆ ਹੈਗਾ ਪਰ ਜੇ ਤੁਹਾਡੇ ਰਾਜ ਵਿੱਚ ਸਾਡੇ ਪ੍ਰਚਾਰਕਾਂ ਨੂੰ ਮਤਲਬ ਇਦਾਂ ਦੁਖੀ ਕਰਕੇ ਤੁਹਾਡੇ ਨਾਮ ਲੈ ਕੇ ਤੁਹਾਡੀ ਪਾਰਟੀ ਦਾ ਵੋਟ ਆਸਰਾ ਲੈ ਕੇ ਬਲੈਕਮੇਲ ਕਰਨ ਲੱਗ ਗਏ ਤਾਂ ਮਤਲਬ ਕਿੱਧਰ ਜਾਵਾਂਗੇ ਅਸੀਂ ਦੱਸੋ ਤੁਸੀਂ ਕਹਿ ਰਹੇ ਹੋ ਕਿ ਮੈਂ ਬਿਲਕੁਲ ਸਾਫ ਸੁਥਰਾ ਹੈਗਾ ਜਿਵੇਂ ਮੇਰਾ ਚਿੱਟਾ ਬਾਣਾ ਇਸ ਲੈਵਲ ਤੇ ਹਾਂ ਇਸ ਮਸਲੇ ਦੇ ਜਿਵੇਂ ਤੁਹਾਡਾ ਬਾਣਾ ਚਿੱਟਾ ਹੋ ਜੀ ਤੁਹਾਡੀ ਸੋਚ ਹੈਗੀ ਹੈ ਫਿਰ 2 ਸਾਲ ਤੋਂ ਕਿਉਂ ਤੁਸੀਂ ਬਰਦਾਸ਼ਤ ਕਰ ਰਹੇ ਹੋ ਸਾਨੂੰ ਇਹ ਸੀ ਹਟ ਜੂਗਾ ਕੀ ਕਰਦੇ ਤੁਸੀਂ ਮੈਨੂੰ ਦੱਸੋ ਵੀ ਕੀ ਕਰਦਾ ਮੈਂ ਪਹਿਲੀ ਵਾਰ 'ਚ ਵਰਜਣਾ ਚਾਹੀਦਾ ਸੀ ਇਹਨੂੰ ਹਾਂਜੀ ਗਿਆ ਅਸੀਂ ਮੈਂ ਜਾ ਕੇ ਤਾਂ ਆਇਆ ਇਹਦੇ ਕੋਲ ਜਦੋਂ ਇਹਨੇ ਵੀਡੀਓ ਪਾਈ ਆ ਜਿਹੜਾ ਬੰਦਾ ਗਿਆ ਤਾਂ ਨਹੀਂ ਸਮਝਿਆ ਇੱਕ ਹੋਰ ਪਾਤੀ ਅਸੀਂ ਕਿਹਾ ਵੀ ਹੁਣ ਕਰੀਏ ਤੀਜੀ ਵੀਡੀਓ ਆ ਪਾਈ ਆ ਇਹਨੇ ਠੀਕ ਆ ਜੀ ਤੇ ਉਹ ਪਾ ਕੇ ਤੇ ਆ ਹੁਣ ਬੋਲ ਪਏ ਆਪਾਂ ਕੋਰਟ ਕਚਹਿਰੀ ਜਾਓਗੇ ਮਾਣਹਾਨੀ ਦਾ ਬਿਲਕੁਲ ਮਾਣਹਾਨੀ ਦਾ ਵੀ ਕੇਸ ਕਰਾਂਗੇ ਪ੍ਰਸ਼ਾਸਨ ਨੇ ਸਾਨੂੰ ਐਸਐਸਪੀ ਸਾਹਿਬ ਨੇ ਐਸਪੀ ਮਾਲ ਸਾਹਿਬ ਨੇ ਸਾਨੂੰ ਪੂਰਾ ਮਤਲਬ ਪੂਰਾ ਸਜਦਾਇਆ ਵੀ ਬਾਬਾ ਜੀ ਤੁਹਾਡੇ ਨਾਲ ਅਸੀਂ ਬੇਇਨਸਾਫੀ ਨਹੀਂ ਹੋਣ ਦਿੰਦੇ ਵੀ ਇਸ ਬੰਦੇ ਨੂੰ ਅਸੀਂ ਨੱਥ ਪਾਵਾਂਗੇ ਪੂਰੇ ਤਗੜੇ ਤਰੀਕੇ ਨਾਲ ਸੋ ਬਾਬਾ ਗੁਲਾਬ ਸਿੰਘ ਜੀ ਜਿਹੜਾ ਸ਼ਖਸ ਨੌਜਵਾਨ ਦੋਸ਼ ਲਾਉਂਦਾ ਹੈ ਕਿ ਇਹ ਸਹੀ ਨਹੀਂ ਹੈਗੇ ਪਤਿਤਪੁਣੇ 'ਚ ਨੇ ਹਰਮਨ ਸਿੰਘ ਬਾਜਵਾ ਉਹਨਾਂ ਨੂੰ ਅਸੀਂ ਕਾਲ ਲਾਈ ਹੈ ਫੋਨ 'ਤੇ ਫੋਨ ਚੱਕਦੇ ਨਹੀਂ ਚੱਕਦੇ ਸੰਤ ਸਰ ਦੇ ਨਾਂ 'ਤੇ ਜਿਹੜਾ ਨੰਬਰ ਆ ਰਿਹਾ ਉਹਨਾਂ ਦਾ ਨੇੜੇ ਕਰਕੇ ਇੱਕ ਵਾਰ ਦਿਖਾ ਦਿੰਦੇ ਹਾਂ ਹਾਂਜੀ ਹਰਮਨ ਸਿੰਘ ਬਾਜਵਾ ਜੀ ਗੱਲ ਕਰ ਰਹੇ ਨੇ ਬਾਜਵਾ ਜੀ ਮੈਂ ਚੰਡੀਗੜ੍ਹ ਤੋਂ ਬਲਜੀਤ ਸਿੰਘ ਮਰਵਾਹਾ ਪੱਤਰਕਾਰ ਗੱਲ ਕਰ ਰਿਹਾ ਅੱਜ ਬਾਬਾ ਗੁਲਾਬ ਸਿੰਘ ਜੀ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਬੜੇ ਦੋਸ਼ ਲਾਏ ਨੇ ਤੁਹਾਡੇ 'ਤੇ ਵੀ ਉਹਨਾਂ ਨੇ ਅਤੇ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਪਿਓ ਇਹ ਵੀ ਗੱਲ ਕਹਿ ਰਹੇ ਨੇ ਕੀ ਕਹਿਣਾ ਚਾਹੋਗੇ ਇਸ 'ਤੇ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਜੋ ਆਪਾਂ ਹੁਣ ਤੱਕ ਆਪਣੀਆਂ ਵੀਡੀਓ 'ਚ ਗੱਲਾਂ ਕਹੀਆਂ ਜੀ ਸਾਰੀਆਂ ਬਿਲਕੁਲ 1000% ਸੱਚ ਨੇ ਪਰਸੋਂ ਆਪਾਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਉਹ 'ਚ ਹਜੇ ਤਾਂ ਮੈਂ ਦੇਖੀ ਨੇ ਉਹਨੇ ਕੀ ਗੱਲਾਂ ਬਾਤਾਂ ਕੀਤੀਆਂ ਨੇ ਜੀ ਆਪਾਂ ਹਰੇਕ ਚੀਜ਼ ਦਾ ਜਵਾਬ ਦੇਵਾਂਗੇ ਠੋਕੇ ਦੇਵਾਂਗੇ ਜੇਕਰ ਬਾਬਾ ਗੁਲਾਬ ਸਿੰਘ ਜੀ ਗਲਤ ਨੇ ਤਾਂ ਉਹ ਦੱਸ ਰਹੇ ਨੇ ਵੀ 2 ਸਾਲ ਹੋ ਗਏ ਬਾਜਵਾ ਇਹ ਪ੍ਰਚਾਰ ਕਰ ਰਿਹਾ ਤੁਸੀਂ ਅੱਜ ਤੱਕ ਕੋਈ ਅਕਾਲ ਤਖਤ ਸਾਹਿਬ ਤੇ ਜਾ ਕੇ ਕਿਉਂ ਨਹੀਂ ਦਰਖਾਸਤ ਦਿੱਤੀ ਵੀ ਇਹਨਾਂ ਨੂੰ ਪੰਥ 'ਚੋਂ ਛੇਕਿਆ ਜਾਵੇ ਪਤਿਤਪੁਣੇ 'ਚ ਲੱਗੇ ਹੋਏ ਨੇ ਤੁਸੀਂ ਆਪਣੀਆਂ ਹੀ ਵੀਡੀਓ ਪਾ ਰਹੇ ਹੋ ਜਿਹੜੀ ਗੱਲ ਕੀਤੀ ਹੈ ਨਾ ਅਕਾਲ ਤਖਤ ਸਾਹਿਬ ਤੇ ਦਰਖਾਸਤ ਦੇਣ ਦੀ ਜੀ ਠੀਕ ਹੈ ਨਾ ਜੀ ਅਕਾਲ ਤਖਤ ਸਾਹਿਬ ਤੇ ਅਸੀਂ ਦਰਖਾਸਤਾਂ ਦਿੱਤੀਆਂ ਨੇ ਜੀ ਉਹਦੀਆਂ ਕਾਪੀਆਂ ਸਾਡੇ ਕੋਲ ਮੌਜੂਦ ਨੇ ਜੀ ਤੇ ਜਿਹੜੀ ਪਤਿਤਪੁਣੇ ਵਾਲੀ ਗੱਲ ਹੈ ਨਾ ਉਹ ਆਪਾਂ ਹੁਣ ਵਾਇਰਲ ਕੀਤੀ ਹੈ ਵੀਡੀਓ ਅੱਛਾ ਜੀ ਹਾਂ ਉਹਦੇ ਤੋਂ ਪਹਿਲਾਂ ਅਸੀਂ ਇਹਦੀਆਂ ਸੋਨੇ ਵਾਲੇ ਜਿਹੜੀਆਂ ਕਿੱਸੇ ਨੇ ਜੀ ਜਿਹੜੇ ਇਹਨੇ ਸੋਨਾ ਲੋਕਾਂ ਨੂੰ ਕੱਢ ਕੇ ਲੋਕਾਂ ਨੂੰ ਬੇਵਕੂ ਬਣਾ ਕੇ ਤੁਹਾਡੇ ਘਰ 'ਚੋਂ ਸੋਨਾ ਕੱਢਾਂਗੇ ਜੀ ਠੀਕ ਹੈ ਤੇ ਨਿਕਲਿਆ ਕੁਛ ਵੀ ਨਹੀਂ ਆਪ ਹੀ ਆਪਣੀ ਦਸਤਾਰ 'ਚ ਸੋਨਾ ਪਾ ਕੇ ਤੇ ਲੈ ਗਏ ਤੇ ਉਹ ਵੀ ਸੋਨਾ ਆਪਣੇ ਘਰ ਲੈ ਗਿਆ ਐ ਨਹੀਂ ਕਿ ਉਹ ਉਹਨਾਂ ਨੂੰ ਦੇ ਦਿੱਤਾ ਠੀਕ ਹੈ ਉਹ ਚੀਜ਼ਾਂ ਐਕਸਪੋਜ਼ ਕੀਤੀਆਂ ਹੈਗੀਆਂ ਅੱਗੇ ਅੱਗੇ ਕਰਦੇ ਰਹਾਂਗੇ ਤੁਸੀਂ ਅੱਗੇ ਅੱਗੇ ਦੇਖੋ ਅਜੇ ਬੜੇ ਖੁਲਾਸੇ ਕਰਨ ਵਾਲੇ ਨੇ ਅੱਛਾ ਆਪਣਾ ਬਾਬਾ ਪ੍ਰੀਤਮ ਸਿੰਘ ਜੀ ਵੀ ਨਾਲ ਮੌਜੂਦ ਸੀ ਉਹਨਾਂ ਬਾਬਾ ਹਰਜੀਤ ਸਿੰਘ ਜੀ ਸੀਗੇ ਹੋਰ ਵੀ ਕਈ ਸੰਤ ਮਹਾਂਪੁਰਖ ਪਹੁੰਚ ਸਿੰਘ ਤੇ ਬਾਬਾ ਹਰਜੀਤ ਸਿੰਘ ਤੇ ਬਲਾਤਕਾਰ ਦਾ ਪਰਚਾ ਹੋਇਆ ਤੁਹਾਨੂੰ ਦੱਸਿਆ ਨਹੀਂ ਬਾਬਾ ਹਰਜੀਤ ਸਿੰਘ ਨੇ ਨਹੀਂ ਉਹ ਕਹਿੰਦੇ ਜੀ ਕਾਰਵਾਈ ਚੱਲ ਰਹੀ ਹੈ ਪੜਤਾਲ ਹੋ ਰਹੀ ਹੈ ਉਹਦੀ ਪੜਤਾਲ ਨਹੀਂ ਹੋ ਰਹੀ ਪਰਚਾ ਹੋ ਚੁੱਕਿਆ ਉਹਦੇ ਤੇ ਪਰਚਾ ਹੋਣ ਤੋਂ ਬਾਅਦ ਪੜਤਾਲ ਹੋ ਰਹੀ ਨਾ ਉਸ ਤੇ ਵੀ ਜੋ ਵੀ ਪੁਲਿਸ ਕਾਰਵਾਈ ਕਰ ਉਹ ਪਰਚਾ ਤੇ ਹੋਇਆ ਨਾ ਹਾਂ ਬਲਾਤਕਾਰ ਦਾ ਪਰਚਾ ਇਹ ਸਾਧ ਕਾਦੇ ਨੇ ਇਹਨਾਂ ਦੇ ਬਲਾਤਕਾਰਾਂ ਦੇ ਪਰਚੇ ਨੇ ਇਹਨਾਂ ਨੇ ਰਿਕਾਰਡਿੰਗਾਂ ਸੁਣਾਈਆਂ ਤੁਸੀਂ ਕਿਸੇ ਟਾਈਮ 2 ਲੱਖ ਮੰਗਿਆ ਕਿਸੇ ਟਾਈਮ 2 ਲੱਖ 10 ਲੱਖ ਮੰਗਿਆ ਇਦਾਂ ਦੀ ਕੋਈ ਵੀ ਮੇਰੀ ਰਿਕਾਰਡਿੰਗ ਨਹੀਂ ਹੈਗੀ ਨਹੀਂ ਇਹਨਾਂ ਨੇ ਸੁਣਾਈਆਂ ਨੇ ਬਾਬਾ ਗੁਲਾਬ ਸਿੰਘ ਜੀ ਨੇ ਸਾਰੇ ਪੱਤਰਕਾਰਾਂ ਨੂੰ ਉਹ ਫੇਕ ਸਭ ਫੇਕ ਹੈ ਮੇਰੇ ਕੋਲ ਮੈਂ ਇਦਾਂ ਦੀ ਕਿਸੇ ਨਾਲ ਕੋਈ ਮੇਰੀ ਆਵਾਜ਼ ਜਿਹੜੀ ਉਹਦੀ ਜਾਂ ਤੁਹਾਡੇ ਦਫ਼ਤਰ ਵੀ ਕਹਿੰਦੇ ਮਿਲ ਕੇ ਗਏ ਸੀਗੇ ਤੁਸੀਂ ਛੱਡਣ ਵੀ ਆਏ ਸੀ ਥੱਲੇ ਇਹਨਾਂ ਨੂੰ ਇਹ ਵੀ ਦੱਸਿਆ ਇਹਨਾਂ ਨੇ ਹਾਂ ਮੇਰੇ ਦਫ਼ਤਰ ਹੋ ਕੇ ਗਿਆ ਜੀ ਮੇਰੇ ਮੈਂ ਇਹਨੂੰ ਛੱਡਣ ਨਹੀਂ ਆਇਆ ਭਾਜੀ ਛੁੱਟੀ ਦਾ ਟਾਈਮ ਸੀ ਜੀ ਆਪਣੇ ਦਫ਼ਤਰ 'ਚੋਂ ਮੈਂ ਹੁਣ ਜਾਣਾ ਨਹੀਂ ਆਪਣੀ ਗੱਡੀ 'ਚ ਬਹਿ ਕੇ ਅੱਛਾ ਜੀ ਤਾਂ ਕਰਕੇ ਮੇਰੇ ਨਾਲ ਥੱਲੇ ਤੱਕ ਆਇਆ ਵਾ ਜੀ ਇਹ ਇਹਨੇ ਬੜੀਆਂ
ਸਾਰਾ ਕੁਛ ਹੈਗਾ, ਮਾਫੀਆ ਮੰਗਦਾ ਸੀ ਕਿ ਕਿਸੇ ਤਰੀਕੇ ਨਾਲ ਮਤਲਬ ਕਿਸੇ ਤਰੀਕੇ ਨਾਲ ਸਮਝੌਤਾ ਕਰ ਲੋ। ਫਿਰ ਇਹਨੇ ਬਾਅਦ ਚ ਮਤਲਬ ਪੈਸੇ ਤੱਕ ਆਫਰ ਕੀਤੇ ਮੇਰੇ ਜਿਹੜਾ ਸਟਾਫ ਦਾ ਬੰਦਾ ਸੀਗਾ ਉਹਨੂੰ ਕਹਿ ਗਏ, ਠੀਕ ਹੈ, ਉਹਦੇ ਕੋਲ ਪਹਿਲਾਂ ਫਿਰ ਇਹਨੇ ਗਾਲਾਂ ਖਾਧੀਆਂ ਤੇ ਮੇਰੇ ਕੋਲ ਪ੍ਰਸ਼ਾਦ ਲਿਆ। ਅੱਛਾ ਤੁਸੀਂ ਦੱਸ ਦਿਓ ਵੀ ਹਾਂਜੀ ਹਾਂਜੀ ਦੱਸੋ ਜੀ, ਜੇ ਇਹਦੇ ਨਾਲ ਕੋਈ ਸਮਝੌਤਾ ਕਰਨਾ ਹੁੰਦਾ ਕਿਸੇ ਤਰ੍ਹਾਂ ਦਾ ਕੁਛ ਵੀ ਆ ਤੇ ਇਹਦੇ ਨਾਲ ਉੱਥੇ ਬਹਿ ਕੇ ਮੈਂ ਸਮਝੌਤੇ ਕਰ ਲੈਂਦਾ, ਵੀਡੀਓ ਇਹਦੀ ਮੈਂ ਡਿਲੀਟ ਕਰ ਲੈਂਦਾ, ਏਦਾਂ ਦਾ ਕੁਛ ਨਹੀਂ। ਇਹਨੇ ਮੇਰੇ ਇੱਕ ਫਰੈਂਡ ਨੂੰ ਵਿੱਚ ਪਾ ਕੇ ਤੇ ਇਹਨੇ ਉੱਥੇ ਮੈਨੂੰ ਮਿਲਣ ਆਇਆ ਸੀਗਾ, ਠੀਕ ਹੈ ਜੀ। ਹਾਂ ਤੇ ਉਹ ਫਤਿਹ ਸਿੰਘ ਦਾ ਕੀ ਰੋਲ ਹੈ ਜੀ ਇਸ ਸਾਰੇ ਮਾਮਲੇ 'ਚ? ਫਤਿਹ ਸਿੰਘ ਦਾ ਕੀ ਰੋਲ ਹੈ? ਫਤਿਹ ਸਿੰਘ ਭਾਜੀ, ਫਤਿਹ ਸਿੰਘ ਜਿਹੜਾ ਉਹ ਇਹਦੇ ਨਾਲ ਢੋਲਕੀ ਵਜਾਉਂਦਾ ਰਿਹਾ ਜੀ, ਤੇ ਫਤਿਹ ਸਿੰਘ ਦਾ ਇਹਨਾਂ ਨੇ ਸਿਰ ਪਾੜਿਆ ਸੀ ਕੜੇ ਮਾਰ ਮਾਰ ਕੇ। ਅੱਛਾ ਜੀ, ਉਹਦੀ ਕਿਹੜੀ ਗੱਲੋਂ ਕੁੱਟਿਆ ਸੀ ਉਹਨੂੰ? ਉਹ ਇਹਨੂੰ ਤਾਂ ਕੁੱਟਿਆ ਸੀਗਾ ਕਿਉਂਕਿ ਫਤਿਹ ਸਿੰਘ ਜਿਹੜਾ ਸੀ ਨਾ ਉਹ ਜਾਣ ਗਿਆ ਸੀਗਾ ਕਿ ਇਹ ਬੰਦਾ ਜਿਹੜਾ ਇਹ ਟੂਣੇ ਕਰਦਾ ਵਾ। ਅੱਛਾ ਜੀ, ਤੇ ਉਹ ਇਹਨੂੰ ਛੱਡ ਕੇ ਚਲ ਗਿਆ। ਫਿਰ ਉਹਨਾਂ ਨੇ ਫਿਰ ਫਤਿਹ ਸਿੰਘ ਨੇ ਮੈਨੂੰ ਇਹ ਗੱਲ ਦੱਸੀ ਜੀ, ਤੇ ਇਹਨੇ ਫਿਰ ਇਸ ਕਰਕੇ ਕੁੱਟਿਆ ਕਿਉਂਕਿ ਫਤਿਹ ਸਿੰਘ ਉਹ ਮਤਲਬ ਜਿਹੜਾ ਬੰਦਾ ਸਾਡੇ ਨਾਲ ਫਿਰ ਜੁੜ ਜਾਂਦਾ ਉਹਨੂੰ ਇਹ ਹੈਗਾ ਕਿ ਹਰਮਨ ਨਾਲ ਜੁੜ ਗਿਆ ਵਾ, ਇਹ ਸਾਰੀਆਂ ਗੱਲਾਂ ਉਹਨੂੰ ਦੱਸੇਗਾ। ਫਿਰ ਉਹਨੂੰ ਕਹਿੰਦਾ ਸੀਗਾ ਕਿ ਤੂੰ ਉਹਦੇ ਨਾਲ ਗੱਲਬਾਤ ਨੀ ਕਰਨੀ, ਤੇ ਕਹਿੰਦਾ ਤੂੰ ਮੈਨੂੰ ਖਰੀਦਿਆ ਥੋੜੀ ਹੋਇਆ। ਇਸ ਕਰਕੇ ਇਹਨਾਂ ਦੀ ਬਹਿਸ ਬੂਸ ਹੋਈ ਤੇ ਬਾਅਦ ਚ ਇਹਨਾਂ ਨੇ ਟਾਈਮ ਉਹਦਾ ਸੈੱਟ ਕਰਕੇ ਤੇ ਇੱਕ ਢਿੱਡਾ ਸਾਹਿਬ ਗੁਰਦੁਆਰਾ ਪੈਂਦਾ ਉੱਥੇ ਇੱਕ ਹਰਜੀਤ ਸਿੰਘ ਨਾਂ ਦਾ ਬੰਦਾ, ਉਹਦੇ ਨਾਲ ਉਹਨਾਂ ਨੇ ਸੈਟਿੰਗ ਕਰਕੇ ਤੇ ਉਹ ਮਤਲਬ ਤਕਰੀਬਨ 20-25 ਜਾਣਿਆਂ ਨੇ ਇਹਨੂੰ ਫਿਰ ਉੱਥੇ ਘੇਰ ਕੇ ਤੇ ਕੜੇ ਮਾਰ ਮਾਰ ਕੇ ਦਾ ਸਿਰ ਪਾੜਿਆ। ਉਹਦੀਆਂ ਆਪਣੇ ਕੋਲ ਸਾਰੀਆਂ ਚੀਜ਼ਾਂ ਪ੍ਰੂਫ ਹੈ। ਅੱਛਾ, ਤੁਸੀਂ ਦੱਸ ਰਹੇ ਹੋ ਤੁਸੀਂ ਕਾਲ ਤਖਤ ਸਾਹਿਬ ਦਰਖਾਸਤਾਂ ਦਿੱਤੀਆਂ ਨੇ, ਪੁਲਿਸ ਨੂੰ ਕੋਈ ਦਰਖਾਸਤ ਨਹੀਂ ਦਿੱਤੀ ਤੁਸੀਂ? ਹਾਂਜੀ, ਇਹਨਾਂ ਦੇ ਖਿਲਾਫ ਬਾਬਾ ਗੁਲਾਬ ਸਿੰਘ ਹੋਣਾ ਦੇ ਖਿਲਾਫ ਪੁਲਿਸ ਨੂੰ ਕੋਈ ਕਾਰਵਾਈ ਕਰਨ ਲਈ ਨਹੀਂ ਕਿਹਾ ਤੁਸੀਂ? ਕੋਈ ਦਰਖਾਸਤ ਨਹੀਂ? ਇਹਨੂੰ ਪੁੱਛੋ ਕਿ 3 ਦਿਨ ਹੋ ਗਏ ਤੁਹਾਨੂੰ ਪੁਲਿਸ ਨੂੰ ਫੋਨ ਕੀਤਾ, ਇਹ ਜਾ ਕਿਉਂ ਨਹੀਂ ਰਹੇ ਉੱਥੇ, ਥਾਣੇ ਕਿਉਂ ਨਹੀਂ ਪੇਸ਼ ਹੋ ਰਹੇ? ਠੀਕ ਹੈ ਜੀ, ਧੰਨਵਾਦ ਜੀ ਆਪਣਾ। ਇੱਕ ਗੱਲ ਹੋਰ, ਹਾਂਜੀ ਇੱਕ ਗੱਲ ਹੋਰ, ਹਾਂਜੀ, ਇਹਨਾਂ ਨੂੰ ਪੁੱਛੋ ਕਿ ਤੁਹਾਡੇ ਜੈਪਾਲ ਭੁੱਲਰ ਗੈਂਗ ਦੇ ਨਾਲ ਕੀ ਰਿਲੇਸ਼ਨ ਆ? ਜੈਪਾਲ ਭੁੱਲਰ ਗੈਂਗ ਦੇ ਨਾਲ ਕੌਣ? ਹਾਂਜੀ, ਕੌਣ ਚਲਾ ਰਿਹਾ ਉਹਦੇ ਗੈਂਗ ਨੂੰ ਅੱਜ ਕੱਲ? ਜੈਪਾਲ ਭੁੱਲਰ ਤਾਂ ਹੁਣ ਜਿਉਂਦਾ ਹੀ ਨਹੀਂ ਹੈ। ਹਾਂਜੀ ਹਾਂਜੀ ਬਿਲਕੁਲ, ਉਹ ਮਰ ਚੁੱਕਿਆ। ਤੈਨੂੰ ਪੁੱਛੋ ਕਿ ਤੁਹਾਡੇ ਉਸ ਗੈਂਗ ਦੇ ਨਾਲ ਕੀ ਰਿਲੇਸ਼ਨ ਆ, ਇਹ ਅਸੀਂ ਸੋਮਵਾਰ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਖੁਲਾਸੇ ਕਰਾਂਗੇ। ਠੀਕ ਹੈ ਜੀ ਹਰਮਨ ਜੀ, ਠੀਕ ਹੈ ਜੀ, ਹੋਰ ਕੋਈ ਸਵਾਲ ਕਰਨਾ ਤੇ ਕਰ ਲਓ। ਧੰਨਵਾਦ ਜੀ, ਧੰਨਵਾਦ। ਸੋ ਤੁਸੀਂ ਸੁਣੀ ਹੋਵੇ ਗੱਲਬਾਤ ਸਾਰੀ, ਕੀ ਕਹਿੰਦੇ ਹੋ? ਪਹਿਲਾਂ ਤਾਂ ਉਹੀ ਸਵਾਲ, ਸੋਨੇ ਵਾਲੀ ਗੱਲ ਤੁਸੀਂ ਮੰਨੀ ਸੀਗੀ? ਹਾਂਜੀ, ਨਹੀਂ ਕੁਛ ਨਹੀਂ ਮੰਨਿਆ ਇਹੋ ਜਿਹਾ ਕੁਛ ਨਹੀਂ ਮੰਨਿਆ ਨਾ। ਜਿਹੜੀਆਂ ਗੱਲਾਂ ਨੇ ਉੱਥੇ ਇਹਦੇ ਦਫ਼ਤਰ 'ਚ ਪਈਆਂ, ਇਹਦੇ ਕੋਲ ਰਿਕਾਰਡਿੰਗ ਲੱਗੀ, ਉਹਦੇ ਕੈਮਰਾ ਲੱਗਿਆ ਹੋਇਆ ਜੀ, ਜਿਹੜੀਆਂ ਗੱਲਾਂ ਬੋਲ ਰਿਹਾ ਕੱਢ ਲਾ ਉਹਨਾਂ ਨੂੰ। ਅਤੇ ਇਹ ਗੱਲ ਜਿਹੜੀ ਹੁਣ ਕੀਤੀ ਤੁਹਾਡੇ ਸੰਬੰਧ ਹੈ ਜੈਪਾਲ ਭੁੱਲਰ ਦੇ ਗਿਰੋਹ ਦੇ ਨਾਲ? ਹਾਂ, ਤੁਹਾਨੂੰ ਮੈਂ ਪਹਿਲਾਂ ਦੱਸ ਕੇ ਤੁਹਾਡਿਆਂ ਵਿੱਚੋਂ ਦੇ ਵੀ ਇਹ ਬੰਦਾ ਮਤਲਬ ਸਾਨੂੰ, ਮੈਨੂੰ ਪਹਿਲਾਂ ਵੀ ਪਤਾ ਲੱਗ ਗਿਆ ਸੀਗਾ, ਐਸ ਪੀ ਮਾਲ ਸਾਹਿਬ ਨੇ ਕਿਹਾ ਸੀ ਵੀ ਉਹਨੇ ਆਇਆ ਦੇ ਕੇ ਗਿਆ। ਜੇ ਜੈਪਾਲ ਭੁੱਲਰ ਨੂੰ, ਉਹ ਪਹਿਲੀ ਗੱਲ ਤਾਂ ਮਰ ਗਿਆ, ਮੈਨੂੰ ਤਾਂ ਪਤਾ ਨਹੀਂ ਵੀ ਹੈ ਕੌਣ, ਹੈ ਨਾ। ਜੇ ਜੈਪਾਲ ਭੁੱਲਰ ਨੂੰ ਅਸੀਂ ਫੋਨ ਕਰਨਾ ਹੁੰਦਾ, ਮੈਂ 2 ਸਾਲ ਤੋਂ ਪਰੇਸ਼ਾਨ ਹੋ ਰਿਹਾ, ਜੇ ਮੇਰੇ ਕੋਲ ਐਡੇ ਲਿੰਕ ਹੁੰਦੇ ਮੈਂ ਪਹਿਲਾਂ ਹੀ ਕਰ ਦਿੰਦਾ। ਬਿਲਕੁਲ ਠੀਕ ਹੈ, ਠੀਕ ਹੈ ਨਾ। ਦੂਜੀ ਗੱਲ ਇਹ ਆ, ਮੇਰਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਹੈ, ਮੈਂ ਮਰਦਾ ਭਾਵੇਂ ਕੱਲ੍ਹ ਨੂੰ ਮਰ ਜਾਂ, ਠੀਕ ਆ ਨਾ, ਉਹਦਾ ਜ਼ਿੰਮੇਵਾਰ ਬਾਜਵਾ ਹੋਊਗਾ। ਪਰ ਜੇ ਮੇਰੇ ਕਿਸੇ ਸਿੰਘ ਨੂੰ ਕੋਈ ਵੀ ਆਂਚ ਆਈ, ਕਿਉਂਕਿ ਇਹਨਾਂ ਨੇ ਉਹ ਜਦੋਂ ਮੈਨੂੰ ਵਿੱਚ ਬੋਲਿਆ ਵੀ ਤੇਰੇ ਢੋਲਕੀਆਂ ਚਿਮਟਿਆਂ ਵਾਲੇ ਖਿਲਾਰਾਂਗੇ, ਜੇ ਮੇਰੇ ਕਿਸੇ ਵੀ ਸਿੰਘ ਨੂੰ ਕੋਈ ਵੀ ਆਂਚ ਆਈ ਤਾਂ ਉਹਦਾ ਜ਼ਿੰਮੇਵਾਰ ਬਾਜਵਾ ਹੀ ਹੋਣਾ। ਸੋ ਜੋ ਇਹ ਮਸਲਾ ਹੁਣ ਪੰਥ 'ਚ ਕੌਮ 'ਚ ਬੜਾ ਗੰਭੀਰ ਹੋ ਗਿਆ, ਬਾਬਾ ਗੁਲਾਬ ਸਿੰਘ ਵਰਸਿਸ ਹਰਮਨ ਸਿੰਘ ਬਾਜਵਾ ਦਾ, ਜੋ ਬਾਬਾ ਗੁਲਾਬ ਸਿੰਘ ਜੀ ਕਹਿ ਰਹੇ ਨੇ ਉਹ ਵੀ ਤੁਸੀਂ ਸੁਣਿਆ, ਤੇ ਜੋ ਹੋਰ ਆ ਉਹ ਬੰਦਾ ਕਹਿ ਰਿਹਾ ਵੀ ਪੈਸੇ ਨਹੀਂ ਮੰਗੇ, ਕਹਿ ਰਿਹਾ ਨਾ ਮੈਂ ਤਾਂ ਕੁਛ ਨਹੀਂ ਮੰਗਿਆ, ਤੇ ਮੈਂ ਤੁਹਾਨੂੰ ਕੀ ਸੁਣਾਇਆ? ਤਾਂ ਮੈਂ ਹੀ ਸਵਾਲ ਕੀਤਾ, ਮੈਂ ਕਿਹਾ ਜੀ ਤੁਸੀਂ ਰਿਕਾਰਡਿੰਗ 'ਚ ਮੰਗ ਰਹੇ ਹੋ, ਠੀਕ ਆ ਜੀ, ਉਹ ਤੋਂ ਬਾਅਦ 'ਚ ਉਹ ਜਿਹੜਾ ਦੂਜਾ ਵੀ ਰਕਮ ਦੇਣੀ ਹੈ ਜਾਂ ਕਿੱਦਾਂ ਕਰਨਾ ਉਹ ਕੀ ਆ? ਠੀਕ ਹੈ, ਠੀਕ ਆ ਨਾ, ਰਿਕਾਰਡਿੰਗ ਤਾਂ ਨਹੀਂ ਝੂਠ ਬੋਲਦੀ, ਬਿਲਕੁਲ ਠੀਕ, ਉਹ ਕਹਿੰਦੇ ਮੇਰੀ ਆਵਾਜ਼ ਨਹੀਂ, ਉਹ ਕਹਿੰਦੇ ਮੇਰੀ ਗੱਲ ਨਹੀਂ ਹੋਈ, ਐਂ ਤਾਂ ਮੈਂ ਕਹਿ ਦੂੰਗਾ ਵੀ ਮੈਂ ਫੋਟੋਆਂ ਮੰਨਿਆ ਨਹੀਂ, ਮੈਂ ਵੀ ਮੇਰੀਆਂ ਫੋਟੋਆਂ ਨੇ, ਜੇ ਮੈਂ ਸੱਚਾਂ ਤਾਂ ਮੰਨ ਰਿਹਾ ਮੈਂ, ਉਹ ਝੂਠਾ ਕਿਉਂ ਕਰਨ ਲੱਗਿਆ ਹੋਇਆ? ਉਹ ਯਾਰ ਤਾਂ ਆਉਂਦਾ ਹੀ ਆ, ਉਹ ਢੋਲਕੀ ਵਾਲਾ ਫਤਿਹ ਸਿੰਘ, ਹਾਂ, ਤਾਂ ਉਹ ਬੋਲ ਨਹੀਂ ਰਿਹਾ ਨਾਲ। ਅੱਛਾ, ਉਹਦਾ ਕੁਟਾਈ ਕੀਤੀ ਸੀ ਫਤਿਹ ਸਿੰਘ ਨਾਲੇ? ਉਹਨੂੰ ਕੁੱਟਿਆ ਸੀ ਫਤਿਹ ਸਿੰਘ ਤੁਸੀਂ? ਫਤਿਹ ਸਿੰਘ ਨੂੰ ਅਸੀਂ ਕੁੱਟਿਆ ਨਹੀਂ ਸੀਗਾ, ਉਹ ਵੀ ਉਹ ਇੱਕ ਅਲੱਗ ਮੈਟਰ ਆ, ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸੇ ਸੰਤ ਦੇ ਡੇਰੇ 'ਚ ਰਹਿੰਦਾ ਸੀਗਾ, ਉਹਦੀ 30 ਭੈਣ ਬਾਰੇ ਗੰਦੀ ਬਕਵਾਸ ਮਾਰਦਾ ਸੀਗਾ, ਅਸੀਂ ਜਾ ਕੇ ਫੜ ਲਿਆ ਉੱਥੇ, ਕੀਤਾ ਇਹੋ ਜਿਹੇ ਬੰਦੇ ਨੂੰ? ਫਿਰ ਮਤਲਬ ਫੁੱਲ ਪਾਵਾਂਗੇ, ਜੁੱਤੀਆਂ ਮਾਰਾਂਗੇ ਉਹਦੇ? ਠੀਕ ਹੈ, ਸੋ ਮਸਲਾ ਜੇ ਉਹ ਪੰਥ 'ਚ ਕੌਮ 'ਚ ਬਾਬਾ ਗੁਲਾਬ ਸਿੰਘ ਵਰਸਿਸ ਹਰਮਨ ਸਿੰਘ ਬਾਜਵਾ ਗੰਭੀਰ ਹੋ ਚੁੱਕਿਆ, ਜੋ ਬਾਬਾ ਗੁਲਾਬ ਸਿੰਘ ਹੁਣੀ ਕਹਿ ਰਹੇ ਤੁਸੀਂ ਉਹ ਵੀ ਸੁਣਿਆ, ਜੋ ਹਰਮਨ ਬਾਜਵਾ ਕਹਿ ਰਿਹਾ ਉਹ ਵੀ ਤੁਸੀਂ ਸੁਣਿਆ, ਅਤੇ ਸੋਮਵਾਰ ਨੂੰ ਬਾਜਵੇ ਦੀ ਵੀ ਪ੍ਰੈਸ ਕਾਨਫਰੰਸ ਹੋਣ ਜਾ ਰਹੀ ਹੈ। ਸੋ ਜਦੋਂ ਤੁਸੀਂ ਪ੍ਰੈਸ ਕਾਨਫਰੰਸ ਕਰੋਗੇ ਉਹਨੂੰ ਐਂ ਪੁੱਛ ਲਿਓ ਵੀ ਮਤਲਬ ਮੈਂ ਲੋਕਾਂ ਨੂੰ ਵੀ ਕਹਿਣਾ ਵੀ ਉਹਦਾ ਨੰਬਰ ਵੀ ਹੈਗਾ ਅਤੇ ਜਗਾੜ ਲਾਉਣ ਵਾਸਤੇ ਕਮਰੇ ਵਗੈਰਾ ਦਵਾਉਂਦਾ, ਉਹ ਨੰਬਰ ਵੀ ਦਿੱਤੇ ਨੇ, ਗ੍ਰੈਂਡ ਪਲਾਜ਼ਾ ਹੋਟਲ ਉਹਦਾ ਨਾਮ ਵੀ ਦਿੱਤਾ ਹੈ ਅਤੇ ਉਹ ਭੇਜਦਾ, ਅਤੇ ਉਹ ਕਿੱਥੇ ਹੋਟਲ ਉਹਨੂੰ ਪਤਾ ਨਾ, ਉਹੀ ਜਾਂਦਾ ਹੋਊਗਾ।